اسلام علیکم جیتے رہو بستے رہو ہستے رہو میں تارک تے دیکھ تو میرا یوٹیوب چینل ریبر انٹرٹینمنٹ پلس آج سلطان رائی دی بڑی ہی زبردست اور بڑی ہی مزدار فلم لے کے تاریخ خدمت حاضر ہو رہا ہیں تو اس فلم دا نام ہے جینے کی سزا اٹھ جنوری انیس سو اناسی بروز جمعہ ریلیز ہونے والی ایک رنگین فلم جینے کی سزا اس فلم دے اداکار اور سلطان رائی منتاز مصر شعیب آصف خان مصطفیٰ قریشی سبیہ خانم تیوزال احمد ہدایات حسن عسکری فلمساز حسن اسکری یہ لکھن لین ناصر ادی تیدا میوزک دیتا ہے کمال احمد نے ایک ڈاکو دی کانی ہے جس دے ماں پیو نوں بچپن ظلم دے خلاف آواز چکن دے قتل کر دیتا جاندہ ہے ਉਹ ਬੱਚਾ ਆਪਣੀ ਜਾਨ ਬਚਾਉਣ ਵਾਸਤੇ ਉੱਥੋਂ ਫਰਾਰ ਹੋ ਜਾਂਦਾ ਹੈ ਉੱਥੋਂ ਨਸ ਜਾਂਦਾ ਹੈ ਨਸ ਤੇ ਉਸ ਦੀ ਮੁਲਾਕਾਤ ਇੱਕ ਬੱਚੇ ਦੇ ਨਾਲ ਹੁੰਦੀ ਹੈ ਜਿਸ ਦਾ ਨਾਮ ਅਛੂ ਹੁੰਦਾ ਹੈ ਅਛੂ ਨੂੰ ਦੋਸਤ ਬਣਾ ਲੈਂਦਾ ਹੈ ਔਰ ਦੋਸਤ ਬਣਾ ਕੇ ਆਪਣੇ ਹਿੱਸੇ ਦੀ ਰੋਟੀ ਉਸ ਨੂੰ ਦਿੰਦਾ ਹੈ ਔਰ ਜਿਹੜਾ ਬੱਚਾ ਆਉਂਦਾ ਹੈ ਔਰ ਜਾਂਦੇ ਹੋਏ ਆ ਉਹ ਬਾਂਸਰੀ ਉਸ ਬੱਚੇ ਨੂੰ ਤੋਹਫਤਨ ਪੇਸ਼ ਕਰ ਦਿੰਦਾ ਉਹਨੂੰ ਦੇ ਦਿੰਦਾ ਹੈ ਹਰ ਵਕਤ guzarta ਹੈ ਵੱਡਾ ਹੋ ਕੇ ਉਹ ਬੱਚਾ ਜਿਹੜਾ ਨਾ ਸ਼ਰੂ ਢਾਕੂ ਬਣ ਜਾਂਦਾ ਹੈ ਇਹ ਸ਼ੇਰੂ डाकू ਦਾ ਕਿਰਦਾਰ ਅਦਾਕਾਰ ਸੁਲਤਾਨ ਰਈ ਨੇ ਅਦਾ ਕੀਤਾ ਹੈ। ਖੈਸਤੋ ਕਿਸੇ ਦੀ ਮਹਿਤਵਾਰ ਪਰ ਖੜ ਰੁਕ ਗਿਆ। ਕੋਈ ਕਾਰੀ ਡਾਕਾ ਮਾਰਦਾ ਤੇ ਉਥੋਂ ਜਿਹਦ ਉਸਮਾਨ ਉਸ ਮਿਲਦਾ ਔਰ ਆਪਣੇ ਡੇਰੇ ਤੇ ਆ ਕੇ ਉਹ ਜਿਹਦ ਉਸਮਾਨ ਚੈੱਕ ਕਰਦਾ ਹੈ। ਉਸਮਾਨ ਦੇ ਅੰਦਰ ਉਹੀ ਬਾਂਸਰੀ ਹੁੰਦੀ ਹੈ ਜਿਹੜੀ ਉਸਨੇ ਉਸ ਬੱਚੇ ਨੂੰ ਦਿੱਤੀ ਹੁੰਦੀ ਹੈ। ਉਹ ਬਾਸਰੀ ਨੂੰ ਵੇਖ ਕੇ ਆਪਣੇ ਮਾਦੀਚ ਖੋ ਜਾਂਦੇ ਆ ਆਪਣਾ ਮਾਦੀ ਉਹਨੂੰ ਯਾਦ ਆਂਦਾ ਹੈ ਉਹ ਦੁਬਾਰਾ ਉਸ ਘਰ ਜਾਂਦੇ ਆ ਉੱਥੇ ਉਸ ਬੰਦੇ ਦੇ ਨਾਲ ਮੁਲਾਕਾਤ ਹੁੰਦੀ ਹੈ ਜਿਹੜਾ ਅੱਛੂ ਉਸਦਾ ਦੋਸਤ ਹੁੰਦਾ ਹੈ ਅੱਛੂ ਦਾ ਕਰੈਕਟਰ ਅਦਾਕਾਰ ਆਸਿਫ ਖਾਨ ਨੇ ਅਦਾ ਕੀਤਾ ਹੈ ਉਸੇ ਮਗੀਦਰ ਹੁੰਦੀ ਹੈ ਜਿਸ ਦਾ ਕਰੈਕਟਰ ਅਦਾਕਾਰ ਮੁਸਰਰ ਸ਼ੈਨ ਨੇ ਅਦਾ ਕੀਤਾ ਹੈ ਅੱਛੂ ਉਸ ਨੂੰ ਰਾਜ਼ੀ ਕਰਦਾ ਕਿ ਤੂੰ ਬੁਰੇ ਕੰਮ ਛੋੜ ਕੇ شریف ਇਨਸਾਨ ਬਣ ਜਾ ਉਹ ਮੰਨ ਜਾਂਦਾ ਹੈ اچانک پولیس آ جاندی ہے پولیس نک کے شیرو فرار ہو ہے اور فرار زخمی ہو کے ایک کاری داخل ہوتا دا ہے ایک کاری داخل ہوتا دا ہے تے دیکھتا ہے کہ اس کاری ماں تے تی تی جڑی ہے مونہ ممتاز ہوندی ہے ماں سبیہ خانم ہوندی ہے او جڑی لڑکی ہوندی ہے اس سے جاگیر دی مالک ہوندی ہے دشمنہ تو جان بچان واسطے اس کار دے اندر چھپی ہوندی ہے اور جس وقت وہ ڈاکو داخل ہوتا دا ہے وہ جڑا دے دشمنوں حملہ کر دیں اور اس حملے دے دوران جی آتی ہے وہ مر جان جی اور جڑا شہرو آدھے مقابلہ کرد ہے اور اس لڑکی نو نچا کے لے لیا وہ دونوں کٹھے رنا شروع کر دیں دونوں نکاح کر دن اور ایک نو زندگی دا آغاز کرتے ہیں اس دوران جہاں شےو آدھا ہے وہ پولیس گرفتار کر لینی ہے جدو پولیس انو گرفتار کرتی ہے وہ پولیس کے گھیرے فرار ہو جان ہے ਉਰੀ ਘਾਤਸਾ ਹੋ ਜਾਂਦਾ ਔਰ ਇਸ ਹਾਦਸੇ ਚ ਇਹ ਮਸ਼ਹੂਰ ਹੁੰਦਾ ਹੈ ਕਿ ਜਿਹੜਾ ਸ਼ੇਰੂ ڈاکੂ ਏ ਉਹ ਲਾਹਕ ਹੋ ਗਿਆ ਜਿਹੜਾ ਸ਼ੇਰੂ ਆਉਂਦਾ ਔਰ ਮੂਨਾ ਮੁਂਤਾਜ਼ ਹੁੰਦੀ ਔਰ ਨਵੀਂ ਜ਼ਿੰਦਗੀ ਦਾ ਖਾਸ ਕਰਦੇ ਉਹਨਾਂ ਦੇ ਘਰ ਇੱਕ ਬੱਚਾ ਪੈਦਾ ਹੁੰਦਾ ਹੈ ਅਚਾਨਕ ਇੱਕ ਗੱਡੀ ਨੂੰ ਹਾਦਸਾ ਪੇਸ਼ ਆਂਦਾ ਔਰ ਹਾਸੇ ਦੇ ਦੌਰਾਨ ਜਿਹੜਾ ਜ਼ਖਮੀ ਹੁੰਦਾ ਉਹ ਉਹੀ ਜੱਜ ਹੁੰਦਾ ਹੈ ਜਿਸ ਨੇ ਸ਼ੇਰੂ ਨੂੰ ਸਜ਼ਾ ਦਿੱਤੀ ਹੁੰਦੀ ਏ ਉਹ ਜੱਜ ਉਸ ਨੂੰ ਪਛਾਣ ਲੈਂਦਾ ਹੈ ਸ਼ੇਰੂ ਜਿਹੜਾ ਸਾਰੀ ਕਹਾਣੀ ਉਸ ਨੂੰ ਦੱਸਦਾ ਹੈ اور جج او دن الوعدہ کر ہے کہ میں اپنی زبان قدی نہیں کھولاں گا اچھو میں پھر دی ہوئی سوکھی روٹیاں کھاتا تھا اس پرے آدمی کے ساتھ تیرا کتنا اچھا سلوک تھا جڑا سیٹ شوکو دن ہے اس نے کریکٹر اداکار مصطفیٰ کریشی نے ادا کیتا ہے اور او مونہ دے پیچھے پی آن دے اور مونہ نو قتل کرنا چاہتا ہے تاکہ قتل کر کے او دی ساری جدات اتے قبضہ کر لے نواب شوکو جڑا آن ہے او آن دے اور آ کے ਗਿਫਤੀ ਜਿਹੜਾ ਜ਼ਾਲਮ ਹੰਦ ਹੁੰਦਾ ਉਸ ਨੂੰ ਸਾਰੀ ਕਹਾਣੀ ਦੱਸਦਾ ਕਿ ਸ਼ੇਰੂ ਜ਼ਿੰਦਾ ਹੈ ਔਰ ਤਕੀਕਾਤ ਤੋਂ ਬਾਅਦ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਸ਼ੇਰੂ ਅਜੇ ਜ਼ਿੰਦਾ ਹੈ ਜਿਹੜਾ ਸ਼ੌਕਤ ਹੁੰਦਾ ਅਮੂਨਾ ਕੋਲ ਜ਼ਬਰਦਸਤੀ ਜਾਦਤੇ ਕਾਗਜ਼ੇ ਦਸਤ ਕਰਵਾ ਲੈਂਦਾ ਦਸਖਤ ਕਰਨ ਦੇ ਬਾਵਜੂਦ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਸ਼ੌਕਤ ਉਹਦੀ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਦਾ ਹੈ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਦਿੰਦੀ ਔਰ ਮਰਨ ਤੋਂ ਪਹਿਲੇ ਸਾਰੀ ਜਿਹੜਾ ਹੈ ਨਾ ਉਹ ਖਤ ਲਿਖ ਜਾਂਦੀ ਉਹਦੇ ਵਿੱਚ ਸਾਰੀ ਹਕੀਕਤ ਉਹ ਲਿਖ ਜਾਂਦੀ ਹੈ ਔਰ ਜਿਹੜਾ ਸ਼ੇਰੂ ਆਂਦਾ ਹੈ ਸ਼ੇਰੂ ਆਪਣਾ ਬੱਚਾ ਅਛੂ ਦੇ ਵਾਲੇ ਕਰ ਦਿੰਦਾ ਹੈ ਉਹ ਸ਼ੌਕਤ ਤੇ ਹਮਲਾ ਕਰਦਾ ਹੈ ਹਮਲਾ ਕਰਦੇ ਦਰਾਂ ਸ਼ੌਕਤ ਵੀ ਮਾਰਿਆ ਜਾਂਦਾ ਹੈ ਤੇ ਜਿਹੜਾ ਸ਼ੇਰੂ ਹੈ ਉਹ ਵੀ ਮਾਰਿਆ ਜਾਂਦਾ ਹੈ ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ